ਜੀ ਸਰ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਲੰਬਾ ਸਮਾਂ ਜਿਹੜਾ ਉਹ ਅਲਾਈਅੰਸ ਰਿਹਾ ਜਿਹਦੇ ਤਹਿਤ ਮੈਂ ਚਾਰ ਵਾਰੀ ਐਮਐਲਏ ਵੀ ਬਣਿਆ ਸਰਕਾਰਾਂ ਵੀ ਬਣੀਆਂ ਉਹ ਪਿਛਲੀ ਸਰਕਾਰ ਦੇ ਵਿੱਚ ਮਿਨਿਸਟਰ ਵੀ ਰਿਹਾ ਹੁਣ ਸਾਡਾ ਜਿਹੜਾ ਅਲਾਈਅੰਸ ਆ ਉਹ ਬਹੁਜਨ ਸਮਾਜ ਪਾਰਟੀ ਨਾਲ ਹੋਇਆ ਔਰ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੋਨੋਂ ਜਿੱਦਾਂ ਖੇਤਰੀ ਪਾਰਟੀਆਂ ਹੈ ਸਾਡਾ ਪਿੰਡਾਂ ਦੇ ਵਿੱਚ ਬਹੁਤ ਵੱਡਾ ਆਧਾਰ ਦੋਨਾਂ ਪਾਰਟੀਆਂ ਦਾ ਆ ਔਰ ਇਸ ਕਰਕੇ ਇਹਦੇ ਨਾਲ ਇੱਕ ਬਹੁਤ ਵੱਡੀ ਜਿਹੜੀ ਤਾਕਤ ਉਹ ਸਾਨੂੰ ਮਿਲੀ ਆ ਕਿ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਅਤੇ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਜਿਹੜੇ ਇਕੱਠੇ ਹੁੰਦੇ ਆ ਅਤੇ ਵੱਡੀ ਜਿਹੜੀ ਤਾਕਤ ਉਹ ਮਿਲੀ ਆ ਖਾਸ ਤੌਰ 'ਤੇ ਦੁਆਬੇ ਦੇ ਵਿੱਚ ਅਤੇ ਵੱਡੀ ਗਿਣਤੀ ਜਿਹੜਾ ਸਾਡਾ ਐਸੀ ਭਾਈਚਾਰਾ ਵੀ ਆ ਉਹ ਸਾਰੇ ਬੰਦੇ ਇੱਕਜੁੱਟ ਹੋ ਕੇ ਅੱਜ ਇਲੈਕਸ਼ਨ ਦੇ ਵਿੱਚ ਕੁੱਦੇ ਆ ਸੋ ਮੈਨੂੰ ਇਸ ਚੀਜ਼ ਦਾ ਮਾਣ ਵੀ ਆ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਛੇਵੀਂ ਵਾਰ ਇਹ ਟਿਕਟ ਮਿਲੀ ਆ ਔਰ ਇਸ ਵਾਰੀ ਹਲਕੇ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਜਿਹੜਾ ਪਾਰਟੀ ਵਰਕਰਾਂ ਦੇ ਵਿੱਚ ਔਰ ਸਾਰੇ ਜਿਹੜੇ ਪਾਰਟੀ ਦੇ ਵਰਕਰ ਆ ਅੱਜ ਦਿਨ ਰਾਤ ਕੰਮ ਕਰ ਰਹੇ ਆ ਡੋਰ ਟੂ ਡੋਰ ਜਾ ਰਹੇ ਪਿੰਡਾਂ ਵਿੱਚ ਜਾ ਰਹੇ ਆ ਅਤੇ ਇੱਕ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਆ ਬੜਾ ਲੋਕਾਂ ਦੇ ਵਿੱਚ ਇਸ ਚੀਜ਼ ਦਾ ਪ੍ਰਭਾਵ ਵੀ ਗਿਆ ਤਾਂ ਮੈਂ ਸਮਝਦਾ ਕਿ ਇਹ ਲਗਭਗ ਤੈਅ ਆ ਕਿ ਜਿੱਥੇ ਚੱਬੇਵਾਲ ਦੀ ਸੀਟ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਜਿੱਤਣ ਜਾ ਰਿਹਾ ਉੱਥੇ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਲੋਕ ਇਹ ਮਹਿਸੂਸ ਕਰਦੇ ਆ ਕਿ ਸਿਰਫ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਜਿਹੜੀਆਂ ਪਾਰਟੀਆਂ ਇਕੱਠੀਆਂ ਹੋਈਆਂ ਇਹਨਾਂ ਦੀ ਮਜ਼ਬੂਤੀ ਹੋਈ ਆ ਤਾਕਤ ਮਿਲੀ ਆ ਬਾਕੀ ਪਾਰਟੀਆਂ ਦੇ ਵਿੱਚ ਬਖਰੇਵਾਂ ਆਇਆ ਖਿਲਰ ਗਈਆਂ ਕਾਂਗਰਸ ਤਿੰਨਾਂ ਹਿੱਸਿਆਂ ਵਿੱਚ ਵੰਡ ਹੋ ਗਈ ਕੈਪਟਨ ਨੇ ਵੱਖਰਾ ਧੜਾ ਬਣਾ ਲਿਆ ਹੋਰ ਬਹੁਤ ਸਾਰੇ ਮੰਤਰੀ ਐੱਮ ਐੱਲ ਏ ਉਹ ਛੱਡ ਕੇ ਚਲੇ ਗਏ ਅੱਜ ਵੀ ਟਿਕਟਾਂ ਵੇਲੇ ਫਿਰ ਇਹਨਾਂ ਦੇ ਵਿੱਚ ਬਗਾਵਤ ਵਾ ਫਿਰ ਮੁੱਖ ਮੰਤਰੀ ਦੇ ਚਿਹਰੇ ਵਿੱਚ ਬਗਾਵਤ ਵਾ ਇੱਕ ਦੂਜੇ ਵਿੱਚ ਆ ਵੀ ਕੌਣ ਬਣੂਗਾ ਜਿਹੜਾ ਨਾਂ ਜਿਹਦਾ ਨਹੀਂ ਆਇਆ ਉਹ ਛਾਲਾ ਮਾਰੂਗਾ ਸੋ ਇਸ ਕਰਕੇ ਲੋਕ ਜਿਹੜੇ ਆ ਉਹ ਇਹਨਾਂ ਤੋਂ ਅੱਕ ਗਏ ਆ ਕਿ ਪੰਜ ਸਾਲ ਜੋ ਝੂਠ ਬੋਲ ਕੇ ਸਰਕਾਰ ਬਣਾਈ ਸੀ ਵੱਡੇ ਵੱਡੇ ਵਾਅਦੇ ਕੀਤੇ ਸੀ ਕੋਈ ਕੰਮ ਨਹੀਂ ਕੀਤਾ ਇਹ ਅਸੀਂ ਨਹੀਂ ਕਹਿੰਦੇ ਇਹਨਾਂ ਦੇ ਆਪਣੇ ਐੱਮ ਐੱਲ ਏ ਜਿਹੜੇ ਰੌਲੀ ਪਾਉਂਦੇ ਸੀ ਪੱਟਦੇ ਸੀ ਕਿ ਲੋਕਾਂ 'ਚ ਕਿਵੇਂ ਜਾਣਾ ਕੰਮ ਤਾਂ ਕੋਈ ਹੋਇਆ ਨਹੀਂ ਜਿਹਦਾ ਰਿਜ਼ਲਟ ਨਿਕਲਿਆ ਮੁੱਖ ਮੰਤਰੀ ਬਦਲਿਆ ਮੁੱਖ ਮੰਤਰੀ ਬਦਲਿਆ ਨਵਾਂ ਮੁੱਖ ਮੰਤਰੀ ਆ ਗਿਆ ਉਹ ਹਰ ਰੋਜ਼ ਕਰੋੜਾਂ ਰੁਪਏ ਦੇ ਐਲਾਨ ਕਰੀ ਗਿਆ ਸਾਰੀਆਂ ਗੱਲਾਂ ਦੇ ਐਲਾਨ ਕਰੀ ਗਿਆ ਜਿਹੜਾ ਸਾਡਾ 13-31 ਪ੍ਰੋਗਰਾਮ ਸੀ ਉਹ ਪ੍ਰੋਗਰਾਮ ਨੂੰ ਲੈ ਕੇ ਉਹਦੇ ਬੇਸ 'ਤੇ ਐਲਾਨ ਕਰੀ ਗਿਆ ਪਹਿਲਾਂ ਹੀ ਪਰ ਕੰਮ ਕੋਈ ਹੋਇਆ ਨਹੀਂ ਕੋਈ ਗੱਲ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੂੰ ਦੇਖਿਆ ਉਹਨੂੰ ਸੜਕਾਂ ਦੇ ਉੱਪਰ ਵੱਡੇ ਵੱਡੇ ਬੋਰਡ ਲੱਗੇ 36,000 ਮੁਲਾਜ਼ਮ ਪੱਕਾ ਕਰਤਾ ਜੀ ਪੱਕਾ ਕਰਤਾ ਅਖੀਰ ਬਿੱਲੀ ਥੈਲਿਓਂ ਬਾਹਰ ਆ ਗਈ ਕਿ ਫਾਈਲ ਤਾਂ ਗਵਰਨਰ ਕੋਲ ਪਈ ਆ ਪੱਕਾ ਤਾਂ ਹੋਇਆ ਹੀ ਨਹੀਂ ਪਰ ਬੋਰਡ ਲੱਗ ਆਏ ਬਿਜਲੀਆਂ ਦੇ ਬਿੱਲ ਮਾਫ਼ ਕਰਨ ਲਈ ਬੋਰਡ ਲੱਗ ਆਏ ਅਤੇ ਕਰੋੜਾਂ ਰੁਪਈਆ ਲੋਕਾਂ ਦਾ ਜਿਹੜਾ ਆ ਉਹ ਹਰ ਪੰਜਾਬ ਦੇ ਕੋਨੇ 'ਤੇ ਵੱਡੇ ਵੱਡੇ ਫਲੈਕਸ ਬੋਰਡ ਲਾ ਕੇ ਉਹ ਬਰਬਾਦ ਕਰ ਦਿੱਤਾ ਰਿਜ਼ਲਟ ਕੁਛ ਨਿਕਲਿਆ ਔਰ ਜਦੋਂ ਹੁਣ ਅਸੀਂ ਲੋਕ ਪੁੱਛਦੇ ਇਸ ਗੱਲ ਨੂੰ ਪਹਿਲਾਂ ਬੜਾ ਰੌਲਾ ਪਿਆ ਕਿ ਇਹ ਜੀ ਇੱਕ ਐੱਸ ਸੀ ਬੰਦੇ ਨੂੰ ਮੁੱਖ ਮੰਤਰੀ ਬਣਾ ਦਿੱਤਾ ਪਹਿਲੀ ਵਾਰੀ ਹੋਇਆ ਸਾਨੂੰ ਆਸ ਸੀ ਕਿ ਸ਼ਾਇਦ ਇਹ ਜੇ ਐੱਸ ਸੀ ਮੁੱਖ ਮੰਤਰੀ ਬਣਿਆ ਇਹ ਸਾਡੇ ਗਰੀਬ ਬੱਚਿਆਂ ਦਾ ਸਕੋਲਰਸ਼ਿਪ ਜਾਰੀ ਕਰੂਗਾ ਇਹ ਗਰੀਬ ਬੱਚਿਆਂ ਦਾ ਜਿਹੜਾ ਸ਼ਗਨ ਸਕੀਮ ਆ 51,000 ਰੁਪਈਆ ਉਹ ਜਾਰੀ ਕਰ ਦਊਗਾ ਜਾਂ ਹੋਰ ਜਿਹੜੇ ਕੰਮ ਪਏ ਆ ਸਾਡੇ ਗੜਸ਼ੰਕਰ ਤਹਿਸੀਲ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੀ ਯਾਦਗਾਰ ਅਧੂਰੀ ਪਈ ਆ ਵੀ ਸ਼ਾਇਦ ਉੱਥੇ ਆ ਕੇ ਉਹਦੇ ਨੰਬਰ 'ਤੇ ਕੋਈ 4 ਪੈਸੇ ਜਾਰੀ ਕਰੂਗਾ ਪਰ ਰਿਜ਼ਲਟ 0 ਆ ਕੋਈ ਵੀ ਕੰਮ ਨਹੀਂ ਕੀਤਾ ਕੋਈ ਜਿਹੜੇ ਜਿੰਨੇ ਐਲਾਨ ਕੀਤੇ ਆ ਸਾਰੇ ਧਰੇ ਧਰਾਏ ਰਹਿ ਗਏ ਇਲੈਕਸ਼ਨ ਆ ਗਈ ਆ ਹੁਣ ਵੱਡੀ ਜਿਹੜੀ ਗੱਲ ਸਾਹਮਣੇ ਆਈ ਆ ਕਿ ਉਹਦੇ ਖਾਸ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਈਆ ਬਰਾਮਦ ਹੋ ਗਿਆ ਬਹੁਤ ਸਾਰੀਆਂ ਪ੍ਰੋਪਰਟੀਆਂ ਦੇ ਕਾਗਜ਼ ਮਿਲ ਗਏ ਅਤੇ ਹੋਰ ਚੱਲ ਜਾਇਦਾਦ ਜਿਹੜੀ ਆ ਉਹ ਦਾ ਪਤਾ ਲੱਗ ਰਿਹਾ ਅਤੇ ਹੁਣ ਕੀ ਜਵਾਬ ਆ ਮੁੱਖ ਮੰਤਰੀ ਕੋਲ ਚੰਨੀ ਸਾਹਿਬ ਕੋਲ ਕਿ ਉਹ ਉਹਦਾ ਮੈਨੂੰ ਬਦਨਾਮ ਕਰ ਰਹੇ ਆ ਨਹੀਂ ਬਦ ਜੇ ਉਹਨੂੰ ਬਦਨਾਮ ਕਰਦੇ ਪੈਸਾ ਕਿੱਥੋਂ ਆਇਆ ਉਹ ਤਾਂ ਫਰਜ਼ੀ ਨਹੀਂ ਕਿ ਈਡੀ ਵਾਲੇ ਪੈਸੇ ਨਾਲ ਲੈ ਕੇ ਆਏ ਸੀ ਉਹਦਾ ਜਵਾਬ ਦੇ ਵੀ ਪੈਸਾ ਕਿੱਥੋਂ ਆਇਆ ਸੋ ਨਾ ਕੋਈ ਗਰੀਬਾਂ ਦਾ ਕੰਮ ਕੀਤਾ ਨਾ ਪਾਰਟੀ ਵਿੱਚ ਸਥਿਰਤਾ ਆਈ ਆ ਅਤੇ ਐਲਾਨ ਪੱਲੇ ਰਹਿ ਗਏ ਐਲਾਨ ਤਾਂ 17 ਦੇ ਕਰੀ ਜਾਂਦੇ ਸੀ ਕੈਪਟਨ ਵੀ ਕਰਦਾ ਸੀ ਬਾਕੀਆਂ ਨੇ ਵੀ ਕੀਤੇ ਆ ਸੋ ਮੈਂ ਸਮਝਦਾ ਕਿ ਅੱਜ ਪੰਜਾਬ ਦਾ ਹਾਲਾਤ ਜਿਹੜੇ ਆ ਉਹ ਬੜੇ ਸਾਦਗਰ ਆ ਪੰਜਾਬ ਦੇ ਲੋਕ ਸਿਆਣੇ ਆ ਉਹ ਸਮਝਦੇ ਆ ਜੇ ਪੰਜਾਬ ਨੂੰ ਸਮਝਦਾ ਪੰਜਾਬ ਦੀਆਂ ਕੋਈ ਸਮੱਸਿਆ ਦਾ ਹੱਲ ਕਰ ਸਕਦਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਆ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਵਾਸਤੇ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਆ ਚਾਹੇ ਕੇਜਰੀਵਾਲ ਦਿੱਲੀ ਤੋਂ ਆ ਕੇ ਉਹ ਵੀ ਬੜੀਆਂ ਗਰੰਟੀਆਂ ਦਿੰਦਾ ਪਰ ਜਿਵੇਂ ਉਹਦੀ ਪਾਰਟੀ ਦੇ ਵਿੱਚ ਵੀ ਅੱਜ ਫਿਰ ਖਿੱਚੋ ਤਾਣ ਅਤੇ ਜਿਸ ਤਰੀਕੇ ਨਾਲ ਉਹਨਾਂ ਨੇ ਝੂਠ 'ਤੇ ਝੂਠ ਬੋਲਿਆ ਔਰ ਜਿਹੜੇ 2-3 ਮਸਲੇ ਸਾਹਮਣੇ ਆਏ ਆ ਕਿ ਕਿਵੇਂ ਉਹ ਆਪਣੇ ਜਿਹੜੇ ਸੀਗੇ ਪੰਜਾਬੀਆਂ ਦੇ ਥਰਮਲ ਪਲਾਂਟ ਬੰਦ ਕਰਾਉਣ ਦੀਆਂ ਗੱਲਾਂ ਕਰਦਾ ਸੀ ਕਿਵੇਂ ਪੰਜਾਬ ਦਾ ਪਾਣੀ ਦਿੱਲੀ ਲੈ ਕੇ ਜਾਣ ਦੀ ਗੱਲ ਕਰਦਾ ਕਿਵੇਂ ਕਿਸਾਨਾਂ ਦੇ ਪਰਚੇ ਕਰਾਉਣ ਦੀ ਗੱਲ ਕਰਦਾ ਵੀ ਧੂੰਆਂ ਦਿੱਲੀ ਨੂੰ ਆਉਂਦਾ ਉਹ ਸਾਰੇ ਮਸਲੇ ਤਾਂ ਸੀਗੇ ਹੀ ਪਰ ਇੱਕ ਜਿਹੜਾ ਨਵਾਂ ਮਸਲਾ ਆ ਗਿਆ ਉਹ ਭੁੱਲਰ ਸਾਹਿਬ ਦੀ ਰਿਹਾਈ ਦਾ ਮਸਲਾ ਹੈ ਜਿਹਦੇ ਵਿੱਚ ਜਿਹੜਾ 2 ਸਾਲ ਤੋਂ ਇਹ ਜਿਹੜੀ ਆ ਫਾਈਲ ਆਪਣੇ ਕੋਲ ਰੱਖ ਕੇ ਬੈਠਾ ਜਦਕਿ ਕੋਰਟ ਨੇ ਵੀ ਕਹਿ ਦਿੱਤਾ ਗੌਰਮੈਂਟ ਨੇ ਕਹਿ ਦਿੱਤਾ
कि इनू रिहा कर दे जी फांसी सज़ा माफ हो गई है तो उम्र कैद एक कितने वध कट चुके उन्होंने क्यों नहीं रिहा किया। इस करके अज पंजाब के लोग सवाल पूछते अज केजरीवाल जिहड़ा आ वो भी मैं समझदा कि वह जो 17 वाला जो गल निकल गई है हुण इको एक गल है लोग कहिंदे इको पार्टी आ जिहड़ी पार्टी इकट्ठी हुई आ जिहड़ी पार्टी पंजाब दे मुश्किल नूं समझदी आ जिस पार्टी ने 10 साल के विच पंजाब नूं विकास दे लीहां दे तोरिया 4 मार गई 6 मार गई सड़कां बनाईआं ओवरब्रिज बनाए बड़े बड़ियां होर जिहड़ियां एयरपोर्ट बनाए आ पंजाब दी बेहतरी वास्ते जिते सुविधा सेंटर खोले पिंडां दे विच डिवेलपमेंट दे बड़े काम कीते लोग याद करदे आ भी उही पार्टी पंजाब दी बेहतरी वास्ते काम कर सकती है। सो मैं यही कहना चाहुंदा कि ऑलराउंड जिहड़ा सारे पंजाब दे अंदर श्रोमणी अकाली दल बहुजन समाज पार्टी एक मजबूत पार्टी वालों उभरी आ और आधार जिहड़ा वधिया लोगों के बड़ी जिहड़ी लहर पैदा हुई है पंजाब के लोग तैयार आ श्रोमणी अकाली दल बहुजन समाज पार्टी सरकार बनाने लई और हलका चब्बेवाल के लोग भी जिहड़े आ वो मौजूदा जिहड़े नुमाइंदे अख चुके आ जिन्होंने कोई विकास की वड्डी पलांघ नहीं पुट्टी और हल्के बहुत बड़े लैवल के उपर परचे दर्ज हुए लोगों के उपर ते और जिहड़े वंडेटा पॉलिसी हर खेत्र में हुई आ चाहे ग्रांटा देनिया सी चाहे जिहड़े भावें राशन ही बनना सी करोना वेले उहदे विच भी एक ठंडल दा बंदा आ और इस करके मुलाजम जिहड़े वड्डे लैवल ते चाहे वीडियो दफ्तर दे सी चाहे थाणियां दे सी चाहे किते भी सी उस करके बदले गए भी ठंडल दे बंदे ठंडल दा मेरा सारा हल्का मेरा सी तो हल्के तो यही कल बाहर चल जाए पहला भी तो बाहर का ही है ना जे इनू मेरे बंद को इन्नी एलर्जी आ तो हल्के तो ये ना आवे हल्के सो उस करके सारिया गल् जो संकेत आ कि इस बारी दोबारा फिर ये सीट आप जिता और सरकार का पार्ट बनेंगे। सर अपने बीजेपी वालों भी कैंडिडेट खड़े है और पार्टी किसानों के भी किए है बल्कि पार्टी ज़्यादा हुई हैं वोटर तो साढ़े उन्ने भी है ना उन्होंने आप कि बचाना है वो मेन की है। देखो सारी मैं समझदा कि जिहड़ियां पार्टियां हैगियां आ भारतीय जनता पार्टी का जिन्ना आधार हैगा इत्थे कोई शहर तो है नहीं पेंडू हलका आ जिन्नी क वोट बैंक थोड़ी बहुत हैगी अपनी उन्नी तो लै जाओ कि मैं तो उन्होंने डिनाई नहीं करता पर जे वो वोट उन्होंने जाती आ तो बहुत थोड़ी मो वोट किसी वध वोट जी बहुजन समाज पार्टी के चब्बेवाल के वोट इस वेले एन साढ़े ना चटानवा खड़ी आ इस करके सानूं बहुता फर्क नहीं जिहड़ा किसानां दी गल करदे जिहनूं टिकट दित्ती है बेशक राजेवाल साहब जां चलूनी गल्लां ते करदे आ किसानां दीआं पर दसण कि जिहनूं टिकट दित्ती है उह किसान आ उहदे नां ते कित्थे खेती कर रिहा उह जां जिहड़ा किसानी संघर्ष आ उहदे विच की योगदान आ और हल्के विच तां वोट भी है नहीं हुण इह तां है नहीं वी चब्बेवाल चरां दे वास्ते जिहड़ा मर्जी जा के इत्थे आ के वोटां लै के चल जावे लोकां नूं हल्के दा नुमाइंदे भी चाहीदे आ हल्के काम करन वाले चाहीदे आ कोई पार्टी दा पिछोकड़ वा गल वा इस करके इह तां असीं पहले कहिंदे से कि राजेवाल साहब उधर लड़िया बैठा ये कैप्टन राही जिहदी दिल्ली विच भी हैगी आ इह समझदे से वी शायद इह अकालियां ने वोटां तोड़ सकदे आ इह अकालियां ने वोटां नहीं तोड़नियां नहीं इह तां हुण फिक्र पिया आम आदमी पार्टी नूं जिहड़ियां पिछली वारी वोटां लै के गए सीगे पंजाब विच्चों किसानां दीआं जां होर वी उह हुण सानूं आउणियां नहीं उह उधर चल जाणियां सो सानूं कोई चिंता नहीं इहनां दी सानूं मैनूं पता कि इहनां दी साडे किसे रेस विच है नहीं थोड़ियां बहुत वोटां लै के उह चले जाणगे।